ਹਾਂਜੀ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਗਿਆਨ ਦੀ ਪੋਟਲੀ ਇਸ ਪ੍ਰੋਗਰਾਮ ਦੇ ਵਿੱਚ ਮੁਰਦਨੇ ਦਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਸੀ ਕਿ ਉਸ ਗਿਆਨ ਦੀ ਉਸ ਵਿਜ਼ਡਮ ਦੀ ਜਿਹੜੀ ਇਨਸਾਨੀਅਤ ਦੀ ਇੱਕ ਤਰੋਹਰ ਹੈ ਇਨਸਾਨੀਅਤ ਦੀ انسان ਨੂੰ ਰੱਬ ਦੀ ਬਹੁਤ ਵੱਡੀ ਦੇਣ ਹੈ ਸਮੇਂ-ਸਮੇਂ ਅਨਸਾਰ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹ انسان ਨੂੰ ਪ੍ਰਾਪਤ ਹੋਈ ਹੈ ਪਰ ਆਪਣੀ ਫਿਤਰਤ ਦੇ ਮੁਤਾਬਕ انسان ਨੇ ਇਸ ਨੂੰ ਵੰਡ ਲਿਆ ਇਸ ਤੇ ਕਬਜ਼ਾ ਕਰ ਲਿਆ ਔਰ ਇਸ ਜਿਸ ਤਰੀਕੇ ਦੇ ਨਾਲ ਪਾਣੀ ਦੇ ਉੱਤੇ ਨਦੀਆਂ ਦੇ ਉੱਤੇ ਕਬਜ਼ਾ ਕੀਤਾ ਜਾ ਸਕਦਾ ਹੈ ਸਰੋਵਰਾਂ ਤੇ ਕਬਜ਼ਾ ਕੀਤਾ ਜਾ ਸਕਦਾ ਹੈ ਪਾਣੀ ਦੇ ਹੋਰ ਸੋਮਿਆਂ ਤੇ ਚਰਨਿਆਂ ਤੇ ਕਬਜ਼ਾ ਕੀਤਾ ਜਾ ਸਕਦਾ ਹੈ ਪਰ ਇੱਕ ਐਸਾ ਸੋਮਾ ਹੈ ਜਿਸ ਤੇ ਇਨਸਾਨ ਅਜੇ ਕਬਜ਼ਾ ਨਹੀਂ ਕਰ ਸਕਿਆ ਉਹ ਹੈ ਰੱਬ ਦੀ بارش ਮਿਹਰ ਦੀ بارش ਗਿਆਨ ਦੀ بارش ਵੀ ਸਾਰੇ ਆ ਤੇ ਯਕਸਾਂ ਹੁੰਦੀ ਹੈ ਪਰ ਇਨਸਾਨ ਨੇ ਉਸ ਵੰਡਣ ਦੀ ਪ੍ਰਕਿਰਿਆ ਦੇ ਵਿੱਚ ਇਸ ਨੂੰ ਵੀ ਗੰਦਲਾ ਕਰ ਦਿੱਤਾ ਇਸ ਪਵਿੱਤਰ ਗਿਆਨ ਨੂੰ ਵੀ ਉਸ ਨੇ ਆਪਣੀ ਤਰੇੜਾਂ ਭਰੀ ਜੋ ਉਸ ਦੀ ਫਿਤਰਤ ਸੀ ਕਿ ਇਹ ਦਿਨ ਚੰਗਾ ਜਿਸ ਤਰ੍ਹਾਂ ਪਹਿਲੇ ਜ਼ਿਕਰ ਕੀਤਾ ਇਹ ਦਿਨ ਚੰਗਾ ਇਹ ਦਿਨ ਮਾੜਾ ਇਹ ਦਿਸ਼ਾ ਚੰਗੀ ਇਹ ਦਿਸ਼ਾ ਮਾੜੀ ਇਹ ਰੰਗ ਚੰਗਾ ਇਹ ਰੰਗ ਮਾੜਾ ਇਹ ਜ਼ਾਤ ਚੰਗੀ ਇਹ ਜ਼ਾਤ ਮਾੜੀ ਉਸਨੇ ਇਸ ਗਿਆਨ ਨੂੰ ਇਨਸਾਨੀਅਤ ਨੂੰ ਵੰਡ ਕੇ ਰੱਖ ਦਿੱਤਾ ਔਰ ਉਸ ਨੂੰ ਸੀਣ ਲਈ ਫਿਰ ਰੱਬ ਨੇ ਗਿਆਨ ਦੀ بارش ਉਹ ਸਾਰਿਆਂ ਦੇ ਉੱਤੇ ਯਕਸਾਂ ਕੀਤੀ ਪਰ ਇਸ ਦੇ ਉੱਤੇ ਵੀ ਦੋ ਚੀਜ਼ਾਂ ਬਹੁਤ ਪਾਰੀ ਪਈਆਂ ओजीसी शास्त्रार्थ दी बर्ती अदै समझौतावादी किसी चीज नु ਲੈ ਕੇ ਉਸ ਦੇ ਉੱਤੇ ਬਹਿਸ ਬਵਾਸਾ ਸ਼ੁਰੂ ਕਰ ਦੇਣਾ ਇੱਕ ਤਰਕ ਸ਼ਾਸਤਰ ਦੇ ਨਾਲ ਕਿਸੇ ਚੀਜ਼ ਨੂੰ ਸਹੀ ਔਰ ਦੂਸਰੇ ਨੂੰ ਗਲਤ ਕਰਨ ਦੀ ਜਿਹੜੀ ਪ੍ਰਕਿਰਿਆ ਸੀ ਜਿਸ ਵਿੱਚੋਂ ਹਾਸਲ ਕੁਝ ਵੀ ਨਹੀਂ ਹੁੰਦਾ ਜਿਸ ਗੱਲ ਨੂੰ ਕਹਿ ਲਿਆ ਜਾਏ ਕਿ ਜਿਸ ਤਰੀਕੇ ਦੇ ਨਾਲ ਬੁੱਧੀਮਾਨ ਅਤੇ ਬੁੱਧੀ ਜੀਵੀ ਇਨਸਾਨ ਨੂੰ ਬੁੱਧੀਮਾਨਤਾ ਬਣਨ ਦੀ ਲੋੜ ਸੀ ਪਰ ਉਹ ਬੁੱਧੀ ਜੀਵੀ ਬਣ ਗਿਆ ਇਸ ਫਰਕ ਨੂੰ ਇਤਨਾ ਹੀ ਸਮਝ ਲਿਆ ਜਾਏ ਜਿਸ ਤਰੀਕੇ ਦੇ ਨਾਲ ਇੰਟੈਲੀਜੈਂਸ ਤੇ ਇੰਟੈਲੈਕਚੁਅਲ ਦੇ ਵਿੱਚ ਫਰਕ ਹੁੰਦਾ ਹੈ ਜ਼ਰੂਰੀ ਨਹੀਂ ਕਿ ਹਰ ਇੰਟੈਲੈਕਚੁਅਲ ਵੀ ਇੰਟੈਲੀਜੈਂਟ ਹੀ ਹੋਵੇ ਤਰਕ ਸ਼ਾਸਤਰ ਜਾਂ ਸ਼ਾਸਤਰਾਰਥ ਉਹ ਇੱਕ ਦਸ਼ਾ ਹੈ एक दिशा है जिड़ी कि अपनी उस जो भी उसकी उन्हें एक तय किया है एक उसका अर्थ देना चाहता है उस दे मुताबक उसू वो साबित करने की कोशिश करता है और इस दे देखमता पैदा होंगी है हासिल कुछ भी नहीं हूँ ज्ञान शास्त्रार्थ नहीं है और इस ज्ञान दे विच दूसरी चीज़ ਜਿਹੜੀ ਬਹੁਤ ਘਾਤਕ ਸਾਬਤ ਹੋਈ ਉਸ ਹੀ ਸਮਝੌਤਾਵਾਦੀ ਦੀ ਨੀਤੀ ਕਿ ਇਨਸਾਨ ਸਮਝ ਰਿਹਾ ਹੈ ਪਰ ਆਪਣੇ ਨਿਜੀ ਹਿੱਤਾਂ ਲਈ ਸੋਨੇ ਹਿੱਤਾਂ ਲਈ ਆਪਣੇ ਬਹੁਤ ਛੋਟੇ-ਛੋਟੇ ਲਾਭ ਲਈ ਉਸ ਦੇ ਉੱਤੇ ਸਮਝੌਤਾ ਕਰ ਬੈਠਦਾ ਹੈ ਔਰ ਫਿਰ ਉਸ ਦੇ ਬਾਅਦ ਉਹ ਗਲਤ ਤਰੀਕੇ ਦੇ ਨਾਲ ਉਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਜੋਕ ਨੇ ਬਹੁਤ ਸੋਹਣਾ ਕਿਹਾ ਗਿਆ ਸ਼ੈਤਾਨ ਮਾਰਾ ਇੱਕ ਸਜਦੇ ਕੇ ਨਾ ਕਰਨੇ ਸੇ ਅਗਰ ਲੱਖੋਂ ਪਰ ਸਜਦੇ ਮੇ ਸਰ ਮਾਰਾ ਤਾਂ ਕੀ ਮਾਰਾ ਰੱਬ ਦੀ ਦਿੱਤੀ ਹੋਈ ਸ਼ਕਤੀ ਨੂੰ ਹਾਸਲ ਤਾਂ ਕੀਤਾ ਪਰ ਉਸ ਨੂੰ ਗਲਤ ਪਾਸੇ ਲਗਾ ਲਿਆ ਔਰ ਇਸ ਨੂੰ ਸਹੀ ਲਫ਼ਜ਼ਾਂ ਦੇ ਵਿੱਚ ਸਮਝ ਕੇ ਉਸ ਦੀ ਸਹੀ ਅਰਥ ਕਰਨੀ ਬਗੈਰ ਕਿਸੇ ਲਗਲਬੇੜ ਦੇ ਜਿਹੜੀ ਉਸ ਦੇ ਲਈ ਕੀਮਤ ਵੀ ਦੇਣੀ ਪਈ ਦੁਨੀਆ ਦਾ ਇਤਿਹਾਸ ਭਰਿਆ ਪਿਆ ਹੈ ਭਾਵੇਂ ਉਹ ਰਸਤੂ ਹੋਏ ਭਾਵੇਂ ਸੁਕਰਾਟ ਹੋਏ ਭਾਵੇਂ ਹੋਰ ਕੋਈ ਹੋਣ ਜਿਨ੍ਹਾਂ ਨੇ ਉਸ ਅਸੂਲ ਨੂੰ ਕਾਇਮ ਰੱਖਿਆ ਪਰ ਉਹਨਾਂ ਨੇ ਨਾਤਾ ਸ਼ਾਸਤਰ ਆਰਥ ਕੀਤਾ ਉਹਨਾਂ ਨੇ ਆਪਣੀ ਗੱਲ ਬਹੁਤ ਹੀ ਸਪਸ਼ਟਤਾ ਦੇ ਨਾਲ ਉਹ ਕੀਤੀ ਔਰ ਉਸ ਦੇ ਉੱਤੇ ਉਹ ਕਾਇਮ ਵੀ ਰਹੇ ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਫਿਰ ਇਹ ਦੁਬਾਰਾ ਦੁਹਰਾ ਦਈਏ ਕਿ ਰੱਬ ਦੀ ਇਹ ਤਾਕਤ ਇਹ ਸ਼ਕਤੀ ਇਸ ਨੂੰ ਕੋਈ ਗੰਦਲਾ ਨਹੀਂ ਕਰ ਸਕਦਾ ਇਹ بارش ਹੈ ਇਹ ਤਰੋ ਆਈ ਹੋਈ بارش ਜਿਹੜੀ ਕਿ ਗਿਆਨ ਦੀ ਵਰਖਾ ਹੈ ਇਸ ਨੂੰ ਅਸੀਂ ਲਈਏ ਇਸ ਨੂੰ ਅਸੀਂ ਲਾਭਵੰਤ ਹੋਈਏ ਵਕ ਵਕ ਸਮਿਆਂ ਦੇ ਉੱਤੇ ਉਹ ਜਿਹੜੇ ਮਹਾਨ ਗਿਆਨ ਦੇ ਸੋਮੇ ਜਿਹੜੇ ਫੁੱਟੇ ਹਨ ਜਿਹੜੇ ਵੱਖ-ਵੱਖ ਬੋਲੀਆਂ ਦੇ ਵਿੱਚ ਹਨ ਉਸ ਦੇ ਉੱਤੇ ਕਿਸੇ ਬੋਲੀ ਦਾ ਕੋਈ ਬੰਦਿਸ਼ ਨਹੀਂ ਵੱਖ-ਵੱਖ ਪੁਸਤਕਾਂ ਦੇ ਵਿੱਚ ਉਹ ਸੰਭਾਲੇ ਪਏ ਹਨ ਅਸੀਂ ਉਸ ਨੂੰ ਲੈ ਕੇ ਆਪ ਨਾਲ ਸਾਂਝੇ ਕਰ ਸਕੀਏ ਜਿਸ ਤਰੀਕੇ ਨਾਲ ਕਿਹਾ ਗਿਆ ਫਰਾ ਕੇ ਫਿਰੰਗੀ ਮਾਨੇ ਕੰਧਾਰੀ ਕੁਰੇਸੀ ਜਾਣੇ ਪੱਛਮ ਕੇ ਪਛਮੀ ਪਛਾਣੇ ਨਿਜ ਕਾਮ ਹੈ ਮਰਹੱਟਾ ਮੰਗੇਲੇ ਤੇਰੀ ਮਨਸੋ ਤਪੱਸਿਆ ਕਰੇ दृढ़े वे त्रलंगी पहचाने धर्म धाम हैं बंग के बंगाली फरहंग के फरंगा वाली दिल्ली के दिल वाली तेरी आज्ञा से चलत है रोह के रोहेले माघ देश के मघेले वीर बंग सी बंदेले पाप पुंज को मलत हैं गोखा गुन गावे चीन मचीन के सीस ने आवे तिब्बती त्याएं देख देख के दौलत है जिने तोहे त्यायो तिने पूर्ण प्रताप पायो सर्व धन धाम फल फूल सौ फलत है ਇਹ ਜਿਹੜਾ ਗਿਆਨ ਦਾ ਜਿਹੜਾ ਸਾਗਰ ਹੈ ਜਿਹੜਾ ਕਿ ਇਹ ਨਹੀਂ ਕਿ ਕਿਸੇ ਇਲਾਕੇ ਤੇ ਬਲਕਿ ਫਰਾਂਸੀਸੀਆਂ ਦੇ ਉੱਤੇ ਫਰ ਆ ਕੇ ਫਰੰਗੀ ਫਰੰਗੀਆਂ ਦੇ ਉੱਤੇ ਵੀ ਪਾਵੇਂ ਅੰਗਰੇਜ਼ ਹਨ ਪਾਵੇਂ ਉਹ ਫਰਾਂਸੀਸੀ ਹਨ ਪਾਵੇਂ ਉਹ ਕੰਧਾਰ ਦੇ ਹਨ ਪਾਵੇਂ ਉਹ ਕ੍ਰੈਸ਼ੀ ਹਨ ਪਾਵੇਂ ਉਹ ਪੱਛਮ ਦੇ ਹਨ ਪਾਵੇਂ ਉਹ ਕਿਸੇ ਵੀ ਇਲਾਕੇ ਦੇ ਹਨ ਇਹ ਗਿਆਨ ਪ੍ਰਗਟ ਹੋਇਆ ਸਮੇਂ-ਸਮੇਂ ਦੇ ਉੱਤੇ ਇਹ ਇਨਸਾਨੀਅਤ ਨੂੰ ਇਹ ਜੋ ਵਿਜ਼ਡਮ ਜੋ ਪ੍ਰਾਪਤ ਹੋਈ ਹੈ ਉਹ ਸਾਡੇ ਪਾਸ ਮੌਜੂਦ ਹੈ ਔਰ ਅਸੀਂ ਮਾਨ ਕਰ ਸਕਦੇ ਹਾਂ ਕਿ ਸਾਡੇ ਆਪਣੀ ਲਿਪੀ ਦੇ ਵਿੱਚ ਉਹ ਬਹੁਤ ਕੁਝ ਮੌਜੂਦ ਹੈ ਪਰ ਜੇ ਨਹੀਂ ਵੀ ਹੈ ਤਾਂ ਹੁਣ ਜਿਹੜੀ ਮੌਜੂਦਾ ਤਰੱਕੀ ਹੋਈ ਹੈ ਉਸ ਨੇ ਉਹ ਸਾਰਾ ਕੁਝ ਸਾਡੇ ਕੋਲ ਲੈ ਆਂਦਾ ਹੈ ਅਸੀਂ ਉਸ ਤੋਂ ਲਾਭਵਾਨਿਤ ਹੋਈਏ असी उस तो फ, आ, फायदा उठा सकी आने वाली जनरेशन जड़िया हैं वह इस तो फायदा ले सक इस तो लाभवान्त हो सकन नहीं तो फिर जिस तरीके आल, कहा सी? के नी कि तहजीब से हुए इस कदर मुहजब पैदा के कटी उम्र होटलों में मरे अस्पताल जाकर साढ़ा ये हाल ना हो जाए कि एक बहुत अमीर बाप थी एक अमीर ਵਿਰਸਾ ਹੋਣ ਦੇ ਬਾਵਜੂਦ ਅਸੀਂ ਫਿਰ ਉਹ ਨਿਰਾਸ਼ਤਾ ਦੇ ਵਿੱਚ ਅਸੀਂ ਉਹ ਮੁਫਲਸੀ ਦੇ ਵਿੱਚ ਅਸੀਂ ਗਰੀਬੀ ਦੇ ਵਿੱਚ ਅਸੀਂ ਉਹ ਫਟੇ ਹਾਲ ਅਸੀਂ ਆਪਣੇ ਆਪ ਨੂੰ ਕਰ ਲਈ ਹੈ ਸੋ ਇਹ ਨਿਸ਼ਾਨਾ ਹੈ ਇਸ ਪ੍ਰੋਗਰਾਮ ਦਾ ਮਕਸਦ ਹੈ ਅਸੀਂ ਆਪ ਨਾਲ ਵਕ ਵਕ ਪੁਸਤਕਾਂ ਵਕ ਵਕ ਲਖਾਰੀਆਂ ਵਕ ਵਕ ਸਰੋਤਾ ਉਹਨਾਂ ਸੋਮਿਆਂ ਦੇ ਉੱਤੇ ਅਸੀਂ ਆਪ ਨਾਲ ਜ਼ਰੂਰ ਗੱਲ ਕਰਾਂਗੇ ਔਰ ਆਸ ਹੈ ਕਿ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਵਾਂਗੇ। ਇਹੀ ਸਾਡੀ ਅਰਦਾਸ ਹੈ। ਇਸ ਲਈ ਤੁਹਾਡੀ ਦੁਆ ਚਾਹੀਦੀ ਹੈ। ਇਹਦੇ ਲਈ ਆਪਦੀਆਂ ਸ਼ੁਭੇਸ਼ਾਵਾਾਂ ਦੇ ਆਸਵੰਦ ਹਾਂ ਔਰ ਇਸ ਪ੍ਰੋਗਰਾਮ ਨੂੰ ਕਿਸ ਰੂਪ ਵਿੱਚ ਉਭਾਰਿਆ ਜਾਏ ਇਸ ਵਿੱਚੋਂ ਤੁਸੀਂ ਕੀ ਹੋਰ ਉਮੀਦ ਕਰਦੇ ਹੋ ਜਾਂ ਇਸ ਦੇ ਬਾਰੇ ਆਪਣੀ ਰਾਏ ਉਹ ਸਾਨੂੰ ਲਾਂਬਾ ਜਸਪੰਜਾਬੀ.com ਜਾਂ इनफो एट जस पंजाबी डॉट कॉम के उत्ते ईमेल राही या डाक राही खत राही जरूर सानू भेजने किरपा करनी मैं गुरचरणीत बहुत बहुत धनवादी हाँ आपका धनबाद